अस्सलाम वालेकुम, मैं मोहम्मद इरफान ते तुसाडे ते पवे यूट्यूब चैनल इरफान मुंडा। अगर तो मेरे चैनल को सब्सक्राइब करने की दी बता सब्सक्राइब कर के नो इंशाल्लाह आज दी मजेदार वीडियो करने पे स्टार्ट। आज कोई वीडियो दा मूड कहना है वीडियो में के बात या पर डेली सब्सक्राइबर एंड मैं आप वीडियो डेली देवा रोज दी ते आज पंजवा रोज है अफतारी दा टाइम थी में वाला है इंशाल्लाह अफतारी कहने से अफतारी तकरीबन 3 to 4 मिनट वाले पर इंशाल्लाह ये अफतारी दा दस्तरखान विछा पे अल्हम्दुलिल्लाह माशाल्लाह आज अफतारी च जे रहंदा ये शामी वाले टिक्के हैं नाल सालन हैं आज खीर सीमा हैं ये संदल मैंगो वाला शरबत ये कीमे दे टिक्के हैं ते ये टिक्का बोटी है पकौड़े हैं माशाल्लाह ज़बरदस्त ये सालन है कीमे वाला सालन है मेरे फेवरेट सालन है ते ये सिंपल सालन है ते ए या सालन है माशाल्लाह अल्हम्दुलिल्लाह खाना अफतारी करने के बाद मिठा खाने के बाद आखिरी आइटम सारा चाय चाय पीने पैसे एक कप चाय वाह चाय आ गई बिस्मिल्लाहिर्रहमानिर्रहीम माशाल्लाह बहुत जबरदस्त है। पूरी फैमिली दे नाल मैं पंजवा रोजा अफतार कर के दस रहे अल्हम्दुलिल्लाह अल्लाह का लख लख शुक्र अल्लाह सही दा हर एक नेमत दा शुक्र अदा करना कि अल्लाह से सबको हर शै दित्ती सी अल्लाह का लख लख शुक्र है। मगरब की नमाज पढ़ रहे हैं रोजा खोल कर पहुंच गए से शाप से आ गए से जरा कल भाई जमान भाई सामान ला गए और ए स्टाइल बनाई भी ए शीशे को लगन ते जो बोर्ड कल लाए ने इन रग गई गंडपाली ए बी एस स्टैंड ने कहीं ये भी ए बी एस स्टैंड है एक बी एस स्टैंड है बी एस बल्ले बल्ले लगे कन बल्ले बस स्टैंड बल भाया हमी ये बल्ले बस स्टैंड बल कमेटी डस डस तो एक तो की में लगे बस स्टैंड जबरदस्त स्टैंड बन गए मेरे हिसाब से क्या ये एक स्टैंड बल भाया हमी इस सामने ये स्टैंड में कमेटी डस डस तो के की में लगे शाह साहब साहब अस्सलाम वालेकुम शाह साहब क्या हाल है सर ठीक ही वे क्या हाल है सर ठीक ही वे सभी सेट है शाह साहब की में वीडियो मेरे वीडियो मेरी बहुत अच्छी है लेकिन लोग सब्सक्राइब करने पर या उन्हें को पैगाम देने में ज्यादा को ज्यादा सब्सक्राइब करें जरा कला सर मेहरबानी चैनल इस्तेमाल करें जी बिल्कुल जी थैंक यू सर मेहरबानी जी अल्हम्दुलिल्लाह अल्लाह का शुक्र दुआ जी अल्हम्दुलिल्लाह जी
ਮਿਹਰਬਾਨੀ ਸ਼ਾਹ ਸਾਹਿਬ ਮਿਹਰਬਾਨੀ। ਹੁਣ ਮੈਂ ਵੇਂਦਾ ਪਿਆ ਅਸਲੀ ਘਿਓ ਗਿਨਾ ਅਮੀ ਜੀ ਘਿਓ ਜਿਵੇਂ ਲਾਇਆ ਸੀ ਉਹ ਪੁੱਲ ਪਲ ਦਾ ਗਿੰਦੇ ਸੀ ਇਨਸ਼ਾਅੱਲਾ ਡੇ ਦੇ ਕਿਤਨੇ ਨਾ ਮਿਲਦੇ ਅਤੇ ਅਸਾਂ ਮੇਰੇ ਪਾਸ ਇਨਸ਼ਾਅੱਲਾ ਤੋਂ ਸਾ ਸ਼ਾਪਿੰਗ ਮਾਲ ਤੇ ਅਸਾਂ ਪੁੱਲ ਪਲ ਵਾਲਾ ਘਿਓ ਥੋ ਗਿੰਦੇ ਸੀ ਇਨਸ਼ਾਅੱਲਾ ਮਿਲਦੇ ਸੀ ਪੁੱਲ ਪਲ ਵਾਲਾ ਘਿਓ ਗਿੰਦੇ ਸੀ ਵੇਂਦੇ ਪੈਸੇ ਤੋਂ ਸਾ ਸ਼ਾਪਿੰਗ ਮਾਲ ਤੇ ਗਿੰਦੇ ਸੀ ਪਿਆਰੇ ਹਮਸਾਏ ਬੈਠਣ ਤੇ ਪਠਾਨ ਬਾਈ ਪਠਾਨ ਬਾਈ ਅਸਲਾਮ ਅਲੈਕੁਮ ਸਰ ਜੀ ਕੀ ਹਾਲ ਹੈ ਸਰ ਠੀਕ ਹੈ ਤਬੀਅਤ ਸੈਟ ਹੈ ਪਠਾਨ ਬਾਈ ਕੀ ਹਾਲ ਹੈ ਠੀਕ ਹੈ ਤਬੀਅਤ ਸੈਟ ਹੈ ਅਲਹਮਦੁਲਿਲਾ ਸਰ ਆਪਕੀ ਦੁਆ ਹੋ ਸਰ ਠੀਕ ਹੈ ਅਭੀ ਮੈਂ ਲੈਣੇ ਗਿਓ ਜਾ ਰਿਹਾ ਤਾਂ ਮੈਨੇ ਕਿਹਾ ਪਠਾਨ ਬਾਈ ਬੈਠੇ ਹੈ ਉਨਸੇ ਸਲਾਮ ਕਰਤੇ ਜਾਊਂ ਠੀਕ ਹੈ ਪਠਾਨ ਬਾਈ ਬੇਟਾ ਚਾਹ ਪਿਲਾ ਦੇ ਅੱਲਾਹ ਕੋ ਭਾਈ ਯਕੀਨ ਕਰੋ ਜਜ਼ਾਕਲਾ ਸਰ ਵਾਹ ਗਾ ਨਾ ਨਾ ਸ਼ੁਕਰੀਆ ਬਹੁਤ ਮਿਹਰਬਾਨ ਸਾਂ ਤੋਂ ਸਾ ਸ਼ਾਪਿੰਗ ਮਾਲ ਤੇ ਪਹੁੰਚ ਗਏ ਸੇ ਇਥਾਂ ਸ੍ਰੀ ਗਿਓ ਗਿੰਦੇ ਸੇ ਉਲ ਪਲਤਾ ਅਸਲਾਮ ਅਲੈਕੁਮ ਭਾਈ ਜਾਨ ਸਾਂ ਤੋਂ ਸਾ ਸ਼ਾਪਿੰਗ ਮਾਲ ਤੇ ਪਹੁੰਚ ਗਏ ਸੇ ਭਾਈ ਜਾਨ ਅਸਲੀ ਗਿਓ ਦੇ ਚ ਉਲ ਪਲਤਾ ਨਾਲ ਪੈਠੇ ਗਿੰਦੇ ਪੈਸੇ ਕਿਤੇ ਪੀਸ ਠੀਕ ਹੈ ਜੀ ਮੈਨਿਊ ਦਾ ਇਹ ਪਰਾਠਾ ਪੰਜ ਪੀਸ ਜਾਨ ਅਸਲਾਮ ਅਲੈਕੁਮ ਸਰ ਕੀ ਹਾਲ ਹੈ ਸਰ ਠੀਕ ਹੈ ਤਬੀਅਤ ਸੈਟ ਹੈ ਅਲਹਮਦੁਲਿਲਾ ਸਰ ਭਾਈ ਜਾਨ ਬਿੱਲ ਕਹਿੰਦੇ ਬਨ ਬਿੱਲ ਠੀਕ ਹੈ ਠੀਕ ਹੈ ਸਰ ਅਸਲੀ ਕਿਉਂ ਇਹਨੇ ਕਿ ਮੁਕਾ ਪਿਆ ਤੋਂ ਸਾ ਸ਼ਾਪਿੰਗ ਵਾਲਾ ਲਗਾਇਆ ਤੇ ਹੁਣ ਆ ਕੋ ਕਹਿੰਦੇ ਪੈਸੇ ਕਲਮਾ ਚੌਕ ਤੇ ਅਸਲੀ ਕਿਉਂ ਗਿੰਦੇ ਸੇ ਪਲ ਪਲ ਦਾ ਜੀ ਕੀ ਹਾਲ ਹੈ ਠੀਕ ਹੀ ਵੇ ਤਬੀਅਤ ਸੈਟ ਹੈ ਇਨਸ਼ਾਅੱਲਾ ਮੈਨੇ ਪੈਸੇ ਸੁਪਰ ਨਿਵਾਲਾ ਲਗਾਏ ਉੱਤਰ ਦੇ ਦੇ ਸੇ ਪਲ ਪਲ ਦਾ ਅਸਲੀ ਕਿਉਂ ਮਿਲ ਲੈਣੇ ਤਾਂ ਉਠਾਓ ਇਨਸ਼ਾਅੱਲਾ ਗਿਣ ਗਿੰਦੇ ਸੇ ਤਾਂ ਸੁਪਰ ਨਿਵਾਲਾ ਲਗਾ ਪਹੁੰਚ ਗਏ ਸੇ ਇਨਸ਼ਾਅੱਲਾ ਇਹ ਤਾਂ ਪਤਾ ਕਹਿੰਦੇ ਸੇ ਮੈਂ ਹੁਣ ਪਹੁੰਚਾ ਬੰਦਾ ਬੈਕਟ ਬਾਈਟ ਵਾਲੇ ਮੈਂ ਇਨਸ਼ਾਅੱਲਾ ਇਹ ਤਾਂ ਪਤਾ ਕਹਿੰਦੇ ਸੇ ਮੈਂ ਹੈਰਾਨ ਹਾਂ ਸਿਰਫ ਉਲ ਪਰ ਗਿਓ ਕਹਿਣਾ ਲੇਕਿਨ ਮਿਲਾ ਹਾਲੇ ਤੱਕ ਨਹੀਂ ਕਹਿੰਦੇ ਪਤਾ ਕਹਿੰਦੇ ਸੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਹੀਂ ਤਾਂ ਮਿਲੇ ਸੀ ਅੱਲਾ ਭਾਈ ਜਾਨ ਉਲ ਪਰ ਗਿਓ ਮਿਲੇ ਸੀ ਉਲ ਪਰ ਕਿਆ ਵਜ੍ਹਾ ਸ਼ਾਰਟ ਹੈ ਓਕੇ ਓਕੇ ਸਰ ਥੈਂਕ ਯੂ ਮਿਹਰਬਾਨੀ ਉਲ ਪਰ ਕਹਿੰਦਾ ਬੈਕਨ ਬੈਠ ਹੀ ਉਲ ਪਰ ਕਹਿੰਦਾ ਮੈਂ ਹੈਰਾਨ ਹਾਂ ਇੱਕ ਚੀਜ਼ ਕਿਤੇ ਪੂਰੇ ਪਹੁੰਚੇ ਹੀ ਕਿਆ ਨਹੀਂ ਇਹ ਜੇ ਮੈਨ ਮੈਨ ਸ਼ਾਪਾਂ ਨੇ ਇੱਥਾਂ ਪਤਾ ਕੀਤਾ ਤਾਂ ਇੱਥੋਂ ਤਾਂ ਕਹਿ ਨਹੀਂ ਮਿਲੇ ਹੁਣ ਵਾਪਸ ਘਰ ਤੋਂ ਮਿਲਦੇ ਪੈਸੇ ਜਿਹੜਾ ਇਹਦਾ ਕੌਣ ਸਾ ਸ਼ਾਪਿੰਗ ਮਾਲ ਤੇ ਗਿੰਦੇ ਸੇ ਹਾਂ ਇਹ ਕਹਿਣਾ ਉਹ ਤਾਂ ਖਤਮ ਗਿਆ ਪਿਆ ਵਾਲਾ ਯੂ ਤਾਂ ਨਹੀਂ ਮਿਲਾ ਅਸਲੀ ਯੂ ਅਤੇ ਇੱਥੇ ਹੀ ਮੈਂ ਆਪਣੀ ਵੀਡੀਓ ਦਾ ਐਨ ਕਰਨਾ ਪਿਆ ਉਮੀਦ ਹੈ ਕਿ ਮੇਰੀ ਤੁਹਾਨੂੰ ਵੀਡੀਓ ਅੱਛੀ ਲੱਗੀ ਸੀ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਲਾਜ਼ਮੀ ਕਰੋ ਅਤੇ ਮਿਲ ਸੀ ਇਨਸ਼ਾਅੱਲਾ ਕੱਲ੍ਹ ਕੋਈ ਇੱਕ ਨਵੀਂ ਵੀਡੀਓ ਦੇ ਨਾਲ ਕੱਲ੍ਹ ਤੱਕ ਕੇ ਲਈ ਅੱਲਾਹ ਹਾਫਿਜ਼ ਅਗਰ ਤੁਹਾਨੂੰ ਮੇਰੇ ਫੇਸਬੁੱਕ ਪੇਜ 'ਤੇ ਦੇਖਦੇ ਪਏ ਤਾਂ ਪੇਜ ਨੂੰ ਲਾਜ਼ਮੀ ਫਾਲੋ ਕਰੋ।